ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਆਪਣੇ ਸ਼ੁਰੂਆਤੀ ਭਾਸ਼ਣਾ ਵਿੱਚ ਇਹ ਗੱਲ ਕਹੀ ਸੀ ਕਿ ਉਹ ਇਸ ਸੂਬੇ ਨੂੰ ਅਜੇ ਹ ਰੰਗਲਾ ਬਣਾਉਣਾ ਚਾਹੁੰਦੇ ਨੇ ਕਿ ਇੱਥੇ ਗੋਰੇ ਵੀ ਆ ਕੇ ਨੌਕਰੀਆਂ ਹਾਸਲ ਕਰਨ ਵਾਸਤੇ ਬੇਨਤੀਆਂ ਕਰਿਆ ਕਰਨਗੇ ਉਹਨਾਂ ਨੇ ਇਹ ਦਾਵਾ ਇਸ ਲਈ ਕੀਤਾ ਸੀ ਕਿਉਂਕਿ ਉਹ ਪੰਜਾਬ ਦੇ ਵਿੱਚ ਨੌਕਰੀਆਂ ਦੇਣ ਵਾਸਤੇ ਲਗਾਤਾਰ ਯਤਨ ਕਰ ਰਹੇ ਸੀਗੇ ਇਹ ਯਤਨ ਹੋ ਵੀ ਰਹੇ ਨੇ ਨੌਕਰੀਆਂ ਦਿੱਤੀਆਂ ਵੀ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਨੇ ਤੇ ਇਹ ਰੁਝਾਨ ਹਲੇ ਤੱਕ ਮਠਾ ਨਹੀਂ ਪਿਆ ਇਸਾ ਇਸ ਗੱਲੋਂ ਪਤਾ ਲੱਗਦਾ ਹੈ ਕਿ ਲਗਾਤਾਰ ਪੰਜਾਬ ਦੇ ਨੌਜਵਾਨ ਆਪਣੇ ਪਾਸਪੋਰਟ ਬਣਵਾ ਰਹੇ ਨੇ ਤੇ ਇੱਕ ਤਰ੍ਹਾਂ ਦੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਹਨੇੜੀ ਲਿਆਂਦੀ ਪਈ ਹੈ ਜੇਕਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਵੱਲ ਧਿਆਨ ਮਾਰਦੇ ਹਾਂ ਤਾਂ ਇਸ ਸਾਲ ਨਵੰਬਰ ਤੱਕ ਪੰਜਾਬ ਦੇ ਵਿੱਚ 9 ਲੱਖ 68000 ਪਾਸਪੋਰਟ ਬਣਵਾਏ ਗਏ ਆ ਤੇ ਇਸ ਮਾਮਲੇ ਦੇ ਵਿੱਚ ਜੇਕਰ ਪੂਰੇ ਦੇਸ਼ ਦੇ ਸੂਬਿਆਂ ਨਾਲ ਇਸ ਦੀ ਤੁਲਨਾ ਕਰਦੇ ਆ ਤਾਂ ਪੰਜਾਬ ਚੌਥੇ ਸਥਾਨ ਦੇ ਉੱਤੇ ਆਉਂਦਾ ਹੈ ਪਾਸਪੋਰਟ ਬਣਵਾਉਣ ਦੇ ਮਾਮਲੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਸ ਸਮੇਂ ਖੇਤਰੀ ਦਫ਼ਤਰ ਜਿਹੜੇ ਗਏ 14 ਬਣੇ ਹੋਏ ਨੇ ਸੀ ਉਹਨਾਂ ਦਫ਼ਤਰਾਂ ਦੇ ਵਿੱਚ ਪਾਸਪੋਰਟ ਜਿਹੜੇ ਬਣਾ ਰਹੇ ਅਧਿਕਾਰੀ ਜਾਂ ਕਰਮਚਾਰੀ ਨੇ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਇੰਨੇ-ਇੰਨੀਆਂ ਭੀੜਾਂ ਪਾਸਪੋਰਟ ਦਫ਼ਤਰਾਂ ਜਾਂ ਖੇਤਰੀ ਦਫ਼ਤਰਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ 220 ਦੇ ਵਿੱਚ ਪਾਸਪੋਰਟ ਬਣਾਉਣ ਦੇ ਵਿੱਚ ਥੋੜੀ ਜਿਹੀ ਕਮੀ ਆਈ ਸੀ ਉਦੋਂ 482000 ਪਾਸਪੋਰਟ ਬਣੇ ਸੀਗੇ ਤੇ ਜਦ ਕੇ ਫੇਰ ਇੱਕ ਵਾਰ ਉਛਾਲਾ ਆਇਆ 2021 ਦੇ ਵਿੱਚ ਤਾਂ 6 ਲੱਖ 44000 ਪਾਸਪੋਰਟ ਬਣਾਏ ਗਏ ਤੇ ਹੁਣ 2022 ਦੇ ਵਿੱਚ ਜਿਹੜੇ ਅੰਕੜਾ ਸਾਹਮਣੇ ਆਇਆ ਉਹਦੇ ਵਿੱਚ ਪਤਾ ਲੱਗਦਾ ਹੈ ਕਿ 9 ਲੱਖ 35000 ਪਾਸਪੋਰਟ ਹੁਣ ਤੱਕ ਬਣਾਏ ਜਾ ਚੁੱਕੇ ਨੇ ਤੇ ਇੱਕ ਅਨੁਮਾਨ ਹੈ ਕਿ ਜਦੋਂ ਇਹ ਬੜਾ ਬੀਤ ਜਾਏਗਾ ਤਾਂ ਉਦੋਂ ਤੱਕ ਪੰਜਾਬ ਦੇ ਵਿੱਚ 10 ਲੱਖ ਪਾਸਪੋਰਟ ਬਣਾਏ ਜਾ ਸਕਦੇ ਆ ਤੇ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਜਿਹੜੇ ਵਿਦੇਸ਼ਾਂ ਵੱਲ ਨੌਜਵਾਨ ਮੂੰਹ ਕਰ ਰਹੇ ਨੇ ਉਹ तकरीबन 13 ਲੱਖ ਵਿਦਿਆਰਥੀ ਨੇ ਜਿਹੜੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਸਤੇ ਜਾ ਰਹੇ ਨੇ ਤੇ ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੇ ਸੂਬਿਆਂ ਨੂੰ ਦੇਖਦੇ ਆ ਉੱਥੇ ਨੌਜਵਾਨ ਕਿੰਨੇ ਕਾ ਪਾਸਪੋਰਟ ਬਣਾ ਰਹੇ ਨੇ ਉਹ ਪੰਜਾਬ ਦੀ ਤੁਲਨਾ ਵਿੱਚ ਬਹੁਤ ਘੱਟ ਹੈ ਹਰਿਆਣੇ ਦੀ ਗੱਲ ਕਰਦੇ ਆ ਹਰਿਆਣੇ ਦੇ ਵਿੱਚ ਨਵੰਬਰ ਮਹੀਨੇ ਤੱਕ 479000 ਪਾਸਪੋਰਟ ਬਣਾਈ ਗਏ ਸੀਗੇ ਰਾਜਸਥਾਨ ਜਿਹੜਾ ਕਾ ਕਾਫੀ ਵੱਡਾ ਸੂਬਾ ਹੈ ਉਸ ਦੇ ਵਿੱਚ 384000 ਪਾਸਪੋਰਟ ਇਸ ਸਾਲ ਦੇ ਨਵੰਬਰ ਮਹੀਨੇ ਤੱਕ ਬਣਾਈ ਗਏ ਸੀਗੇ ਤੇ ਗੁਜਰਾਤ ਜਿਹੜਾ ਹੈਗਾ ਉੱਥੇ ਤਕਰੀਬਨ 8 ਲੱਖ 19000 ਪਾਸਪੋਰਟ ਬਣਾਈ ਗਿਆ ਹੈ ਜਦ ਕਿ ਤੁਹਾਨੂੰ ਪਤਾ ਹੀ ਹੈ ਗੁਜਰਾਤ ਕਿੰਨਾ ਵੱਡਾ ਸੂਬਾ ਇੱਕੋ ਇੱਕ ਜਿਹੜਾ ਸੂਬਾ ਹੈ ਹਿਮਾਚਲ ਪ੍ਰਦੇਸ਼ ਉੱਥੇ ਪਾਸਪੋਰਟ ਬਣਾਉਣ ਦੀ ਗਿਣਤੀ ਕਾਫੀ ਘੱਟ ਹੈ 57153 ਪਾਸਪੋਰਟ ਹੁਣ ਤੱਕ ਉੱਥੇ ਬਣਾਏ ਗਏ ਨੇ ਤੇ ਇਸ ਦੇ ਨਾਲ ਹੀ ਜਿਹੜਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ ਸਭ ਤੋਂ ਉੱਪਰ ਕੇਰਲਾ ਚੜ੍ਹ ਰਿਹਾ ਹੈ ਉੱਥੇ 11 ਮਹੀਨਿਆਂ ਦੇ ਵਿੱਚ 12,85,000 ਪਾਸਪੋਰਟ ਬਣਾਏ ਗਏ ਦੂਜੇ ਸਥਾਨ ਦੇ ਉੱਤੇ ਮਹਾਰਾਸ਼ਟਰ ਆਉਂਦਾ ਹੈ ਉੱਥੇ 12,57,000 ਪਾਸਪੋਰਟ ਬਣਾਏ ਗਏ ਉੱਤਰ ਪ੍ਰਦੇਸ਼ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਉੱਥੇ 11 ਲੱਖ 49 ਹਜ਼ਾਰ ਪਾਸਪੋਰਟ ਬਣਾਏ ਗਏ ਆ ਪੰਜਾਬ ਚੌਥੇ ਸਥਾਨ ਤੇ ਉੱਤੇ ਆਉਂਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਇੱਥੇ ਹੁਣ ਤੱਕ 4 ਲੱਖ 79 ਹਜ਼ਾਰ ਪਾਸਪੋਰਟ ਬਣਾਏ ਜਾ ਚੁੱਕੇ ਨੇ ਇੱਕ ਅਨੁਮਾਨ ਅਨੁਸਾਰ 9 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 79 ਲੱਖ 5000 ਪਾਸਪੋਰਟ ਬਣਾਏ ਜਾ ਚੁੱਕੇ ਨੇ 2114 ਤੋਂ ਲੈ ਕੇ 2023 ਤੱਕ ਦੀ ਇਹ ਗਿਣਤੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ 79 ਲੱਖ 5000 ਪਾਸਪੋਰਟ ਬਣਾਏ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਅੰਦਾਜ਼ਨ 55 ਲੱਖ ਘਰ ਨੇ ਤੇ ਜੇਕਰ ਇਸ ਜਿਹੜੇ ਪਾਸਪੋਰਟ ਹੁਣ ਤੱਕ ਬਣੇ ਨੇ ਉਹਨਾਂ ਦੀ ਆਪਾਂ ਜਦੋਂ ਘਰਾਂ ਦੇ ਨਾਲ ਡਿਵੀਜ਼ਨ ਕਰਕੇ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਔਸਤਨ ਇੱਕ ਘਰ ਵਿੱਚ 2 ਪਾਸਪੋਰਟ ਵਰਨ ਰਾਇ ਨੇ ਤੇ ਇਹਦੇ ਨਾਲ ਵਿਦੇਸ਼ ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਪਾਸਪੋਰਟ ਬਣਾਏ ਜਾਣ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਰੈਵਨਿਊ ਹੁੰਦਾ ਹੈ ਪੈਸਾ ਮਿਲਦਾ ਹੈ ਤੇ ਇਹਦੇ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਜਿਹੜੀ 217 ਦੇ ਵਿੱਚ ਇਹ ਜਿਹੜਾ ਵਿਦੇਸ਼ਾਂ ਦੇ ਵਿੱਚ ਸਟੱਡੀ ਕਰਨ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੈ ਤੇ ਪਹਿਲਾਂ ਲੋਕ ਜਿਹੜੇ ਹੈਗੇ ਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਜਾਂ ਹੋਰ ਨਾ ਸੂਬਿਆਂ ਦੇ ਵਿੱਚ ਸਿਰਫ ਦੇ ਸਿਰਫ ਕਮਾਈ ਕਰਨ ਵਾਸਤੇ ਜਾਂਦੇ ਸੀਗੇ ਪਰ ਹੁਣ ਜਿਸ ਤਰੀਕੇ ਦੇ ਨਾਲ ਸਟੱਡੀ ਵੀਜ਼ੇ ਹਾਸਲ ਕਰਕੇ ਵਿਦੇਸ਼ਾਂ ਵੱਲ ਜਾਇਆ ਜਾ ਰਿਹਾ ਉਹ ਕਾਫੀ ਜ਼ਿਆਦਾ ਵਧ ਗਿਆ ਤੇ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਪਾਸਪੋਰਟ ਦਫ਼ਤਰਾਂ ਦੇ ਉੱਤੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇ ਇਸ ਵਿਦੇਸ਼ ਜਾਣ ਕਾਰਨ ਸਾਡੇ ਬਹੁਤ ਸਾਰੇ ਲੋਕਾਂ ਨੂੰ ਚਿੰਤਾ ਵੀ ਹੁੰਦੀ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ 20-25-25 ਲੱਖ ਖਰਚ ਕੀ ਵਿਦਿਆਰਥੀ ਵਿਦੇਸ਼ਾਂ ਵੱਲ ਜਾਂਦੇ ਨੇ ਤੇ ਇਹਦੇ ਨਾਲ ਨਾਲ ਬ੍ਰੇਨ ਡレイン ਵੀ ਹੁੰਦੀ ਹੈ ਕਿਉਂਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਭਾਰਤ ਲਈ ਕੰਮ ਕਰਨਾ ਹੁੰਦਾ ਹੈ ਪੰਜਾਬ ਲਈ ਕੰਮ ਕਰਨਾ ਹੁੰਦਾ ਹੈ ਪਰ ਉਹ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ ਤੇ ਇਸ ਗੱਲ ਕਰਕੇ ਜਿਹੜਾ ਕੰਮ ਜਿਹੜੀ ਉਨਤੀ ਜਿਹੜਾ ਵਿਕਾਸ ਭਾਰਤ ਦਾ ਹੋਣਾ ਹੁੰਦਾ ਹੈ ਜਾਂ ਪੰਜਾਬ ਦਾ ਹੋਣਾ ਹੁੰਦਾ ਹੈ ਉਹ ਦੂਜੇ ਵਿਦੇਸ਼ਾਂ ਵਿੱਚ ਜਾ ਕੇ ਹੋ ਰਿਹਾ ਹੁੰਦਾ ਹੈ ਤੇ ਇਹਦੇ ਨਾਲ ਨਾਲ ਇਹ ਜੋ ਰੁਝਾਨ ਚੱਲ ਰਿਹਾ ਹੈ ਬਹੁਤ ਸਾਰੇ ਮਾਹਿਰ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਰਿਵਰਸ ਮਾਈਗ੍ਰੇਸ਼ਨ ਹੋਊਗਾ ਇਹ ਕਦੋਂ ਹੋਊਗਾ ਇਸ ਬਾਰੇ ਕੁਛ ਨਹੀਂ ਕਿਹਾ ਜਾਦਾ ਦੂਜੇ ਪਾਸੇ ਕੈਨੇਡਾ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਹੈ ਕਿ ਕਿਸ ਹੁਣ ਤੱਕ ਕੈਨੇਡਾ ਵੱਲੋਂ 3-3 ਲੱਖ ਵੀਜ਼ੇ ਇੱਕ ਸਾਲ ਵਿੱਚ ਦਿੱਤੇ ਜਾ ਰਹੇ ਸਿਗੇ ਪਰ ਉਹਨਾਂ ਨੇ ਹੁਣ ਨਵੀਂ ਰੈਲਿਟੀ ਇਹ ਬਣਾਈ ਹੈ ਜਾਂ ਨਵੀਂ ਨੀਤੀ ਇਹ ਬਣਾਈ ਹੈ ਕਿ 2024 ਤੇ 2025 ਦੇ ਵਿੱਚ 5-5 ਲੱਖ ਵੀਜ਼ੇ ਜਾਰੀ ਕੀਤੇ ਜਾਣਗੇ ਇਸ ਦਾ ਕਾਰਨ ਇਹ ਹੈ ਕਿ ਉੱਥੇ ਖਾਸ ਜ਼ੋਰ ਤੇ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਇਸ ਗੱਲ ਕਰਕੇ ਕੈਨੇਡਾ ਸਰਕਾਰ ਨੂੰ ਆਪਣੀ ਜਨਸੰਖਿਆ ਦੇ ਵਿੱਚ ਸੰਤੁਲਨ ਕਾਇਮ ਰੱਖਣ ਵਾਸਤੇ ਆਪਣੀ ਅਰਥ ਵਿਵਸਥਾ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਵੱਲੋਂ ਵਿਦੇਸ਼ਾਂ ਤੋਂ ਜਿਹੜੇ ਹੈ ਨੌਜਵਾਨਾਂ ਨੂੰ ਸਟੱਡੀ ਵੀਜ਼ੇ ਦਿੱਤੇ ਬੁਲਾਇਆ ਜਾਂਦਾ ਹੈ ਜਾਂ ਵਰਕ ਪਰਮਿਟ ਤੇ ਬੁਲਾਇਆ ਜਾਂਦਾ ਹੈ ਤੇ ਇਹਦੇ ਇਹੀ ਕਾਰਨ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕ ਤਕਰੀਬਨ ਇੱਕ ਸਦੀ ਤੋਂ ਕੈਨੇਡਾ ਵੱਲ ਜਾ ਰਹੇ ਨੇ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਇਹ ਜਿਹੜਾ ਮਾਈਗ੍ਰੇਸ਼ਨ ਜ਼ਿਆਦਾ ਵੱਧ ਗਈ ਸੀ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਜਾ ਕੇ ਵਸ ਗਏ ਸੀਗੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਉੱਥੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਇਸ ਗੱਲ ਕਰਕੇ ਜਦੋਂ ਉਹ ਪੰਜਾਬ ਵਿੱਚ ਵਾਪਸ ਆਉਂਦੇ ਸੀ ਤਾਂ ਉਹਨਾਂ ਦੇ ਗਲੇਬਰ ਨੂੰ ਦੇਖ ਕੇ ਬਹੁਤ ਸਾਰੇ ਨੌਜਵਾਨਾਂ ਨੇ ਆਪ ਖੁਦ ਕੈਨੇਡਾ ਅਮਰੀਕਾ ਯੂਕੇ ਜਾਂ ਹੋਰਾਂ ਦੇਸ਼ਾਂ ਵਿੱਚ ਜਾਣ ਦਾ ਮਨ ਬਣਾਇਆ ਹੁਣ ਜਿਹੜਾ ਹਰੇਕ ਘਰ ਦੇ ਵਿੱਚ ਹਰ ਕੋਈ ਇਹੀ ਚਾਹ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਾ ਕੇ ਬਸਿਆ ਜਾਵੇ ਉੱਥੇ ਦੀ ਪੀਆਰ ਹਾਸਲ ਕੀਤੀ ਜਾਵੇ ਤੇ ਇਹਦਾ ਕਾਰਨ ਇਹ ਵੀ ਹੈ ਕਿ ਜਿਹੜੀ ਪੰਚਾਇਤ ਹੈ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ ਉਹਨਾਂ ਵੱਲੋਂ ਪੂਰੇ ਰੋਜ਼ਗਾਰ ਮੁਹੱਈਆ ਨਹੀਂ ਕੀਤੇ ਜਾਂਦੇ ਇਹੀ ਕਾਰਨ ਹੈ ਕਿ ਲਗਾਤਾਰ ਜਿਹੜੇ ਮਾਪਿਓ ਨੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਭੇਜ ਰਹੇ ਨੇ ਤੇ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਇਹ ਰੁਝਾਨ ਰੁਕਸਦਾ ਹੈ ਜਿਵੇਂ ਭਗਵੰਤ ਮਾਨ ਕਹ ਰਹੇ ਨੇ ਕਿ ਗੋਰੇ ਆ ਕੇ ਇੱਥੇ ਜਿਹੜਾ ਹੈਗਾ ਨੌਕਰੀਆਂ ਮੰਗਣਗੇ ਉਹ ਮੰਗਣਗੇ ਕਿ ਨਹੀਂ ਮੰਗਣਗੇ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਵੱਲ ਜਾ ਰਹੇ ਨੇ ਇਹ ਰੁਝਾਨ ਰੁਕਣਾ ਵੀ ਚਾਹੀਦਾ ਹੈ ਕਿਉਂਕਿ ਪੰਜਾਬ ਨੂੰ ਨੌਜਵਾਨਾਂ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਜਦੋਂ ਇੱਥੇ ਘਰਾਂ ਦੇ ਘਰ ਖਾਲੀ ਹੋ ਜਾਂਦੇ ਆ ਤਾਂ ਇਹ ਲੋਕਲ ਜਿਹੜੇ ਹੈ ਪ੍ਰਵਾਸ ਜਿਆਦਾ ਵੱਧ ਜਾਂਦਾ ਤੇ ਹੁਣ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਕਿ ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਜਿਆਦਾ ਆ ਕੇ ਵੱਧ ਗਏ ਨੇ ਤੇ ਉਹਨਾਂ ਨੇ ਹਰ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ ਤੇ ਦੂਜੇ ਪਾਸੇ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਸ਼ਹਿਰ ਸ਼ਹਿਰ ਖਾਤੀ ਖਾਲੀ ਹੋ ਰਹੇ ਨੇ ਇਸ ਗੱਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਆਪਣੀ ਪਛਾਣ ਦੇ ਉੱਤੇ ਵੀ ਪ੍ਰਸ਼ਨ ਚਿੰਨ ਲੱਗਦੇ ਜਾ ਰਹੇ ਨੇ ਬਾਕੀ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰਾਂ ਇਸ ਮਸਲੇ ਦੇ ਉੱਤੇ ਗੰਭੀਰ ਹੁੰਦੀਆਂ ਜਾਂ ਨਹੀਂ ਹੁੰਦੀਆਂ ਜੇ ਆ ਪਰ ਹਾਲ ਦੀ ਹਾਲ ਦੀ ਕੜੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਜਿਸ ਤਰੀਕੇ ਨਾਲ ਇੱਕ ਇੱਕ ਸਾਲ ਦੇ ਵਿੱਚ 10-10 ਲੱਖ ਪਾਸਪੋਰਟ ਬੜ ਰਹੇ ਨੇ ਇੱਕ ਇੱਕ ਲੱਖ ਬੱਚਾ ਵਦੇਸ਼ਾਂ ਵਿੱਚ ਪੜਨ ਵਾਸਤੇ ਜਾ ਰਿਹਾ ਹੈ ਤੇ ਉਹਦੇ ਨਾਲ ਪੰਜਾਬ ਖਾਲੀ ਹੁੰਦਾ ਨਜ਼ਰ ਆ ਰਿਹਾ ਹੈ ਪਰ ਇਹ ਰੁਝਾਨ ਕਦੋਂ ਰੁਕਦਾ ਹੈ ਇਹ ਸਮਾਂ ਦੱਸੇਗਾ ਇਹ ਸੀ ਅੱਜ ਤੱਕ ਦੀ ਰਿਪੋਰਟ ਕੱਲ ਨੂੰ ਨਵੀਂ ਰਿਪੋਰਟ ਦੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਅਗਿਆ ਸਤਿ ਸ਼੍ਰੀ ਅਕਾਲ